ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਕਾਂਗਰਸ ਪਾਰਟੀ ਵੱਲੋਂ ਬੇਇੱਜ਼ਤ ਕਰਕੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰ ਦਿੱਤਾ ਹੈ ਕਿ ਮੈਂ ਅਜੇ ਪੂਰੀ ਤਰ੍ਹਾਂ ਫਿੱਟ ਹਾਂ, ਮੈਂ ਚੁੱਪ ਕਰਕੇ ਘਰ ਨਹੀਂ ਬੈਠਾਂਗਾ ਅਤੇ ਮੈਂ ਲਗਾਤਾਰ ਸਿਆਸਤ ਕਰਦਾ ਰਹਾਂਗਾ। ਹਾਲਾਂਕਿ ਅਜੇ ਤੱਕ ਉਹਨਾਂ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਨੇ ਕਿ ਆਖਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰਨਗੇ, ਪਰ ਉਹਨਾਂ ਨੇ ਸੰਕੇਤ ਜ਼ਰੂਰ ਦੇ ਦਿੱਤੇ ਨੇ ਕਿ ਉਹ ਕੁਝ ਵੀ ਕਰ ਸਕਦੇ ਨੇ। ਪਰ ਮੁੱਖ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ 3 ਰਾਹ ਹਨ ਜਿਨ੍ਹਾਂ ਦੇ ਵਿੱਚੋਂ ਕਿਸੇ ਵੀ ਰਾਹ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅਪਣਾਇਆ ਜਾ ਸਕਦਾ ਹੈ। ਕਿਹੜੇ ਉਹ 3 ਰਾਹ ਨੇ ਉਹਨਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਉਸ ਰਾਹ ਦੀ ਗੱਲ ਕਰਾਂਗੇ ਜਿਸ ਬਾਰੇ ਸਭ ਤੋਂ ਜ਼ਿਆਦਾ ਸੰਭਾਵਨਾਵਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਉਹ ਰਸਤਾ ਅਪਣਾ ਸਕਦੇ ਨੇ। ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਸੰਭਾਵਨਾਵਾਂ ਵਾਲਾ ਰਸਤਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਸਕਦੇ ਨੇ। ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਸ਼ਾਮਿਲ ਹੋ ਸਕਦੇ ਨੇ। ਸਭ ਤੋਂ ਜ਼ਿਆਦਾ ਸੰਭਾਵਨਾਵਾਂ ਇਹੀ ਰਸਤਾ ਚੁਣਨ ਦੀਆਂ ਇਸ ਵੇਲੇ ਦਿਖਾਈ ਦਿੰਦੀਆਂ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਦੇ ਵੱਲੋਂ ਸੱਦਾ ਦੇ ਦਿੱਤਾ ਗਿਆ ਹੈ। ਪਹਿਲਾਂ ਸੀਨੀਅਰ ਭਾਜਪਾ ਆਗੂ ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਤਾਰੀਫਾਂ ਕੀਤੀਆਂ ਗਈਆਂ। ਉਹਨਾਂ ਨੂੰ ਖੁੱਲ੍ਹਾ ਆਫਰ ਦਿੱਤਾ ਗਿਆ ਕਿ ਕਾਂਗਰਸ ਨੂੰ ਛੱਡੋ, ਭਾਜਪਾ ਦੇ ਵਿੱਚ ਆਓ, ਤੁਹਾਨੂੰ ਇੱਥੇ ਮਾਣ ਇੱਜ਼ਤ ਦਿੱਤਾ ਜਾਏਗਾ। ਅਤੇ ਹੁਣ ਇੱਕ ਹੋਰ ਸਾਬਕਾ ਮੰਤਰੀ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਦੇ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਾਰੀਫਾਂ ਕਰਦਿਆਂ ਉਹਨਾਂ ਨੂੰ ਭਾਜਪਾ ਦੇ ਵਿੱਚ ਸੱਦਾ ਦੇ ਦਿੱਤਾ ਗਿਆ ਹੈ। ਮੌਜੂਦਾ ਕੇਂਦਰੀ ਮੰਤਰੀ ਭਾਜਪਾ ਦੇ ਪੰਜਾਬ ਦੇ ਆਗੂ ਸੰਸਦ ਮੈਂਬਰ ਸੋਮ ਪ੍ਰਕਾਸ਼ ਦੇ ਵੱਲੋਂ ਵੀ ਸੰਕੇਤ ਦੇ ਦਿੱਤੇ ਗਏ ਨੇ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਆਉਂਦੇ ਨੇ ਤਾਂ ਬੀਜੇਪੀ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਤਰ੍ਹਾਂ ਬੀਜੇਪੀ ਸੱਦਾ ਦੇ ਰਹੀ ਹੈ, ਬਸ ਕੈਪਟਨ ਅਮਰਿੰਦਰ ਸਿੰਘ ਨੇ ਉਸ ਸੱਦੇ ਨੂੰ ਕਬੂਲ ਹੀ ਕਰਨਾ ਹੈ। ਪਰ ਇਹਦੇ ਵਿੱਚ ਵੀ ਇੱਕ ਗੱਲ ਹਾਂ ਪੱਖੀ ਹੈ ਅਤੇ ਇੱਕ ਗੱਲ ਨਾ ਪੱਖੀ ਹੈ। ਹਾਂ ਪੱਖੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਿਚਾਰਧਾਰਾ ਬੀਜੇਪੀ ਦੇ ਨਾਲ ਮਿਲਦੀ ਹੈ, ਜਿਹੜੇ ਕਿ ਸੰਕੇਤ ਨੇ ਕਿ ਬੀਜੇਪੀ ਵਿੱਚ ਕਿਉਂ ਜਾ ਸਕਦੇ ਨੇ, ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ। ਪਹਿਲੀ ਗੱਲ ਇਹ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਿਚਾਰਧਾਰਾ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲਦੀ ਹੈ। ਜਦੋਂ ਵੀ ਚੋਣਾਂ ਆਉਂਦੀਆਂ ਨੇ ਪਾਕਿਸਤਾਨ ਦਾ ਡਰ ਬੀਜੇਪੀ ਦੇ ਵੱਲੋਂ ਦਿਖਾਇਆ ਜਾਂਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਰੱਜ ਕੇ ਪਾਕਿਸਤਾਨ ਦੇ ਖਿਲਾਫ ਭੜਾਸ ਕੱਢਦੇ ਨੇ ਅਤੇ ਲਗਾਤਾਰ ਉਹ ਕਹਿੰਦੇ ਨੇ ਕਿ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਮਰਾਨ ਖਾਨ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਫੈਲਾਇਆ ਜਾਵੇ। ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਸੀ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਉਸਦਾ ਵਿਰੋਧ ਕੀਤਾ ਸੀ। ਕੈਪਟਨ ਦੇ ਖਿਲਾਫ ਜਾ ਕੇ ਨਵਜੋਤ ਸਿੰਘ ਸਿੱਧੂ ਉਸ ਸਮਾਗਮ ਦੇ ਵਿੱਚ ਗਏ ਸਨ ਅਤੇ ਉੱਥੇ ਹੀ ਜਨਰਲ ਬਾਜਵਾ ਦੇ ਨਾਲ ਜੱਫੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪਾਈ ਗਈ ਸੀ। ਕਹਿਣ ਦਾ ਮਤਲਬ ਇਹ ਹੈ ਕਿ ਪਾਕਿਸਤਾਨ ਨੂੰ ਲੈ ਕੇ, ਰਾਸ਼ਟਰਵਾਦ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਬੀਜੇਪੀ ਦੀ ਵਿਚਾਰਧਾਰਾ ਰਲਦੀ ਮਿਲਦੀ ਹੈ। ਖੁਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰ ਚੁੱਕੇ ਨੇ, ਉਹ ਵੀ ਇੱਕ ਵੱਡੀ ਰੈਲੀ ਦੇ ਵਿੱਚ। ਨਰਿੰਦਰ ਮੋਦੀ ਨੇ ਕਹਿ ਦਿੱਤਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਫੌਜੀ ਬੰਦਾ ਹੈ, ਉਹ ਮਨਮੌਜੀ ਬੰਦਾ ਹੈ, ਉਹ ਕਾਂਗਰਸ ਦੀ ਪਰਵਾਹ ਨਹੀਂ ਕਰਦਾ। ਮੋਦੀ ਵੀ ਤਾਰੀਫਾਂ ਕਰ ਚੁੱਕੇ ਨੇ, ਹੁਣ ਬੀਜੇਪੀ ਪੰਜਾਬ ਦੇ ਆਗੂ ਵੀ ਤਾਰੀਫਾਂ ਕਰ ਰਹੇ ਨੇ। ਇਸ ਕਰਕੇ ਮੰਨਿਆ ਜਾ ਸਕਦਾ ਹੈ ਕਿ ਬੀਜੇਪੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਾ ਸਕਦੇ ਨੇ। ਇਹ ਤਾਂ ਹੋ ਗਏ ਉਹ ਸੰਕੇਤ ਜਿਹੜੇ ਕਿ ਹਾਂ ਪੱਖੀ ਨੇ ਕਿ ਹਾਂ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਵਿੱਚ ਜਾ ਸਕਦੇ ਨੇ। ਪਰ ਹੁਣ ਤੁਹਾਨੂੰ ਉਹ ਨਾ ਪੱਖੀ ਸੰਕੇਤ ਦੱਸਦੇ ਹਾਂ ਜਿਸ ਤੋਂ ਇੰਜ ਜਾਪਦਾ ਹੈ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਨਹੀਂ ਜਾ ਸਕਦੇ ਅਤੇ ਉਸਦਾ ਸਭ ਤੋਂ ਵੱਡਾ ਨਾ ਪੱਖੀ ਕਾਰਨ ਹੈ ਖੇਤੀ ਕਾਨੂੰਨ, ਕਿਉਂਕਿ ਖੇਤੀ ਕਾਨੂੰਨ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨੇ। ਪੰਜਾਬ ਭਾਜਪਾ ਦੇ ਵੱਲੋਂ ਵੀ ਖੇਤੀ ਕਾਨੂੰਨਾਂ ਦਾ ਪੱਖ ਪੂਰਿਆ ਜਾ ਰਿਹਾ ਹੈ ਅਤੇ ਲਗਭਗ ਸਾਰਾ ਹੀ ਪੰਜਾਬ ਖੇਤੀ ਕਾਨੂੰਨਾਂ ਦੇ ਖਿਲਾਫ ਹੈ, ਕੇਂਦਰ ਸਰਕਾਰ ਦੇ ਖਿਲਾਫ ਹੈ। ਜੇਕਰ ਹੁਣ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਵਿੱਚ ਜਾਂਦੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਬਦਨਾਮ ਹੋ ਜਾਣਗੇ ਕਿ ਉਹਨਾਂ ਨੂੰ ਪੰਜਾਬ ਦੀ ਕੋਈ ਵੀ ਪਰਵਾਹ ਨਹੀਂ ਹੈ। ਪੰਜਾਬ ਦੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਜਿਸ ਪਾਰਟੀ ਦੇ ਕਰਕੇ ਬੈਠੇ ਹੋਏ ਨੇ ਉਸੇ ਹੀ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਚਲੇ ਗਏ ਨੇ। ਇਹ ਰਿਸਕ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨਾ ਲੈਣ, ਪਰ ਇਹ ਸਭ ਦੇ ਵਿੱਚ ਹੋ ਇਹ ਵੀ ਸਕਦਾ ਹੈ, ਚਰਚਾਵਾਂ ਤਾਂ ਇਹ ਵੀ ਨੇ
कि कैप्टन अमरिंदर सिंह अते भारतीय जनता पार्टी एक वड्डा दा भी खेड सकती है। हो सकता है कि कैप्टन अमरिंदर सिंह नरेंद्र मोदी दे कोल जाण, अमित शाह दे कोल जाण अते उन्हां नूं कहण कि खेती कानूनां नूं रद्द कर दिओ, उस तों बाद उह पंजाब दे विच भाजपा दे चेहरे बन सकदे ने। क्योंकि जेकर खेती कानूनां नूं कैप्टन अमरिंदर सिंह रद्द करवा दिंदे ने तां अद्धों ज़्यादा पंजाब कैप्टन अमरिंदर सिंह तों खुश हो जाएगा कि इन्हां ने बहुत वड्डा काम करवा दिता है। अते फिर जेकर पंजाब दे विच बीजेपी दा चेहरा बनदे ने कैप्टन अमरिंदर सिंह तां उस दे नाल इह चंगा संकेत कैप्टन अमरिंदर सिंह दे लई वी किया जा सकता है। पर फिलहाल इह सारियां संभावनावां ने, इह पहला रस्ता है जिहड़ा कि कैप्टन अमरिंदर सिंह अपना सकदे ने। दूजा रस्ता है कैप्टन अमरिंदर सिंह दे कोल कि उह अपनी एक नवी राजनीतिक पार्टी बना लैण, क्योंकि कांग्रेस पार्टी दे नाल उन्हां दा रहना मुश्किल जाप रहा है। बीजेपी विच उह जाण जां ना जाण इस बारे कुछ नहीं किया जा सकता। श्रोमणी अकाली दल आम आदमी पार्टी बारे भी कुछ नहीं किया जा सकता कि कैप्टन जाणगे जां फिर नहीं, पर उन्हां दे कोल एक ए वी रस्ता है कि उह अपनी पोलिटिकल पार्टी बना सकदे ने। क्योंकि 52 साल उह कहिंदे ने मैनूं हो गए ने सियासत दे विच, मेरे नाल बहुत जने जुड़ चुके ने, बहुत मेरे दोस्त बन चुके ने। जेकर कैप्टन अमरिंदर सिंह नवीं राजनीतिक पार्टी बनाउंदे ने तां काफ़ी पंजाब दे मौजूदा विधायक साबका विधायक उन्हां दे नाल जा सकदे ने, वड्डे वड्डे चेहरे उन्हां दे नाल जा सकदे ने। पर नवीं राजनीतिक पार्टी कैप्टन अमरिंदर सिंह दी कामयाब होएगी जां फिर नहीं, इस ते भी प्रश्न चिन्ह लगा दिखाई दिंदा है। क्योंकि पहलां भी कैप्टन अमरिंदर सिंह अपना राजनीतिक दल बना चुके ने। श्रोमणी अकाली दल तो जदों वह नाराज़ हो गए सन, पहला कांग्रेस पार्टी छड के अकाली दल च गए सन, अकाली दल छड के उन्होंने अपना श्रोमणी अकाली दल बनाया सी, पर वह उन्हां दा तजर्बा बिल्कुल सही नहीं रहा सी। जमानत कैप्टन अमरिंदर सिंह दी जब्त हो गई सी, इस करके नवीं पार्टी बनाउण दा तजर्बा हाल ही दीआं घटनावां नूं जेकर देख लिया जाए तो नवीं पार्टियां पंजाब दे विच चल नहीं रहियां। पंजाब एकता पार्टी का हशर भी वेख्या जा सकता है, पी 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 का हशर भी वेख्या जा सकता है। इस करके इस दे चांस घट जापदे ने कि कैप्टन अमरिंदर सिंह अपनी नवीं राजनीतिक पार्टी बनाउणगे। हालांकि कैप्टन अमरिंदर सिंह दी अपनी राजनीतिक समझ है, क्योंकि बहुत समा अद्धी सदी उन्होंने सियासत दे विच गुजार दित्ती है, उन्हां दी अपनी राजनीतिक समझ है। हो सकता है कि वह अपनी नवीं राजनीतिक पार्टी भी बना सकते ने। तीजा राह कैप्टन अमरिंदर सिंह दे कोल बचदा है कि वह कांग्रेस पार्टी दे विच ही रहना, क्योंकि हाल की घड़ी उन्होंने यही ऐलान किया है कि मैं कांग्रेसी सी, कांग्रेसी हाँ अते कांग्रेसी ही रहांगा, पर दबी जुबान दे विच उन्होंने कांग्रेसी रहांगा शब्द किया है। इहदा मतलब है कि कांग्रेस पार्टी दे विच भी रह सकते हैं, यह भी रस्ता उन्होंने कोल मौजूद है, अवेलेबल है, उपलब्ध है। पर कांग्रेस दे विच होना उन्होंने फिर इस तरीके नाल ही घुट घुट के ही रहना पेगा, क्योंकि दौर उन्होंने मनिया जा रहा है कि खत्म हो गया है। क्योंकि जेकर अगलियां चोणां दे विच कैप्टन अमरिंदर सिंह नूं कांग्रेस पार्टी ने चेहरा बनाउणा हुंदा तां फिर 5 साल तो पहला ही कार्यकाल पूरा करन तो पहला ही कैप्टन अमरिंदर सिंह दे कोलों इस अपमानजनक तरीके नाल कुर्सी, मुख्यमंत्री दी कुर्सी क्यों खोई जांदी। इस करके लगदा है कि कैप्टन अमरिंदर सिंह जेकर कांग्रेस पार्टी दे विच रहना चाहुंदे ने तां उहनां नूं फिर साइडलाइन हो के ही रहना पएगा, क्योंकि जाप रिहा है कि इस वेले नवजोत सिंह सिद्धू दा दौर हुण कांग्रेस पार्टी दे विच पंजाब कांग्रेस दे विच शुरू हुंदा दिखाई दिंदा। इस तरह ये तीन रस्ते हैं जिन्हां दे विचों कोई भी रस्ता कैप्टन अमरिंदर सिंह दे वल्लों अपनाया जा सकता है। पर इत्थे एक सवाल असीं तुहाडे कोलों पुछ लैणा चाहुंदे आ, तुहानूं की लगदा है कि कैप्टन अमरिंदर सिंह नूं इन्हां तिन्नां राहां दे विचों किस रस्ते नूं अपनाउणा चाहीदा है, उन्हां दे सियासी भविख दे लई किहड़ा रस्ता तिन्नां दे विचों सही होवेगा। जो भी तुहानूं लगदा है कमेंट करके अपनी राय जरूर दिओ। जेकर इसे तरह ही हर खबर नूं निरपक्षता नाल देखते रहना चाहते हो तो यूट्यूब ते पंजाब टीवी दे चैनल नूं सबसक्राइब कर लो, बैल वाला बटन जरूर दबा लेना। जेकर यह खबर तुसीं फेसबुक ते देख रहे हो तो फेसबुक ते पंजाब टीवी का पेज लाइक कर लो। मैं जज सिंह चाहल अगली बार फिर हाजर होवांगा, तुसीं देखते रहो पंजाब टीवी, हर खबर का सच।